ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ DK Social Help ਦੇ ਵਿੱਚ ਦੋਸਤੋ ਅੱਜ ਗੱਲ ਕਰਾਂਗੇ ਪਰਲ ਕੰਪਨੀ ਦੀ ਠੀਕ ਹੈ ਜੀ ਜਿਹਦੇ ਵਿੱਚ ਗਰੀਬ ਲੋਕਾਂ ਦੇ ਜਿਹੜੇ ਹਜ਼ਾਰਾਂ ਰੁਪਏ ਲੱਖਾਂ ਰੁਪਏ ਮਿਹਨਤ ਦੀ ਕਮਾਈ ਫਸੀ ਹੋਈ ਹੈ ਉਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਜੀ ਦਾ ਇੱਕ ਵੱਡਾ ਬਿਆਨ ਆਇਆ ਤੇ ਉਸ ਵੱਡੇ ਬਿਆਨ ਦਾ ਕੀ ਅਸਰ ਹੋਵੇਗਾ ਤੁਹਾਨੂੰ ਇਹ ਵੀ ਦੱਸਾਂਗੇ ਨਵੇਂ ਭੈਣ ਭਰਾ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਦੋਸਤੋ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਪਰਲ ਜਿਹੜੇ ਮਾਨਸ ਸਾਹਬ ਨੇ ਸੀਐਮ ਮਾਨ ਨੇ ਉਹ ਐਕਸ਼ਨ ਵਿੱਚ ਕਿਉਂ ਨਜ਼ਰ ਆ ਰਹੇ ਨੇ ਉਹਨਾਂ ਨੇ ਪਰਲ ਲਈ ਕੀ ਕੀਤਾ ਤੁਹਾਨੂੰ ਸਭ ਤੋਂ ਪਹਿਲਾਂ ਉਹ ਹੀ ਦਿਖਾਉਣੀ ਹੈ ਦੋਸਤੋ। ਠੀਕ ਹੈ ਜੀ ਤੁਹਾਨੂੰ ਦੱਸ ਦਿਆਂ ਕਿ ਸੀਐਮ ਮਾਨ ਨੇ ਪਰਲ ਕੰਪਨੀ ਦੀ ਉੱਚ ਪੱਧਰੀ ਜਾਂਦੇ ਹੁਕਮ ਦੇ ਦਿੱਤੇ ਨੇ। ਤੁਸੀਂ ਦੇਖ ਸਕਦੇ ਹੋ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਿੱਟਪੰਡ ਕੰਪਨੀ ਪਰਲ ਦੇ ਵਿੱਚ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਮੁੱਖ ਮੰਤਰੀ ਨੇ ਟਵੀਟ ਕਰਦੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟ ਕੇ ਅਰਬਾਂ ਦੀ ਇਹ ਅਚਾਲਤ ਚਲ ਜਾਇਦਾਦ ਬਣਾਉਣ ਵਾਲੀ ਚਿੱਟਪੰਡ ਕੰਪਨੀ ਪਰਲ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਸ ਨੂੰ ਲੈ ਕੇ ਹੋਰ ਵੇਰਵੇ ਜਲਦ ਹੀ ਜਨਤਕ ਕੀਤੇ ਜਾਣਗੇ ਸੋ ਦੋਸਤੋ ਉਹਦੀ ਜਿਹੜੀ ਜਾਂਚ ਨੂੰ ਲੈ ਕੇ ਸੀਐਮ ਭਗਵੰਤ ਮਾਨ ਜੀ ਨੇ ਹੁਕਮ ਦੇ ਦਿੱਤੇ ਨੇ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਜਿਹੜਾ ਗਰੀਬਾਂ ਦਾ ਪੈਸਾ ਹੈ ਉਹ ਕਿਸ-ਕਿਸ ਜਿਹੜੀ ਇਹ ਵੀ ਸੰਪਤੀ ਬਣਾਈ ਹੈ ਪਰਲ ਵਾਲਿਆਂ ਨੇ ਕਿਸ ਕਿਸੇ ਲੱਗਿਆ ਹੈ ਤਾਂ ਕਿ ਉਹਨੂੰ ਵੇਚ ਕੇ ਲੋਕਾਂ ਦਾ ਪੈਸਾ ਵਾਪਸ ਕੀਤਾ ਜਾਵੇ ਦੋਸਤੋ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਚੋਣਾਂ ਤੋਂ ਪਹਿਲਾਂ ਠੀਕ ਹੈ ਜੀ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦਾ ਜਿਹੜਾ ਪੈਸਾ ਲੁੱਟਣ ਵਾਲੀ ਕੰਪਨੀ ਜਿਹੜੀ ਚਿੱਟਪੰਡ ਕੰਪਨੀ ਪਰਲ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰਲ ਕਰਾਉਣ ਵਰਗਿਆਂ ਕੰਪਨੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਤੇ ਆਮ ਲੋਕਾਂ ਦਾ ਇੱਕ ਇੱਕ ਪੈਸਾ ਵਾਪਸ ਹੋਵੇਗਾ ਸੋ ਦੋਸਤੋ ਉਹੀ ਗੱਲ ਆਈ ਦੋਸਤੋ ਜਿਵੇਂ ਹੁਣ ਇਹਨਾਂ ਦਾ ਸਾਰਾ ਖੋਸਾ ਜਿਹੜਾ ਠੀਕ ਹੈ ਜੀ ਇਹਦਾ ਜਿਹੜਾ ਵੀ ਵੇਰਵਾ ਹੈ ਲੋਕਾਂ ਦੇ ਪੈਸੇ ਕਿੱਥੇ ਲਾਇਆ ਕਿੱਥੇ ਨਹੀਂ ਲਾਇਆ ਕਿਹੜੀ ਇਹਨਾਂ ਨੇ ਜਾਇਦਾਦ ਖਰੀਦੀ ਹੈ ਕਿਹੜੀ ਨਹੀਂ ਖਰੀਦੀ ਉਹਨਾਂ ਦਾ ਪਤਾ ਲਗਾਇਆ ਜਾਏਗਾ ਉਸ ਤੋਂ ਬਾਅਦ ਜੇ ਉਹ ਪੰਜਾਬ ਸਰਕਾਰ ਯਾਨੀ ਪੰਜਾਬ ਦੇ ਅੰਡਰ ਹੀ ਉਹ ਜਾਇਦਾਦ ਹੈ ਸੰਪਤੀ ਹੈ ਤਾਂ ਉਹਨੂੰ ਵੇਚ ਕੇ ਲੋਕਾਂ ਦੇ ਪੈਸੇ ਵਾਪਸ ਕੀਤੇ ਜਾਣਗੇ ਸੋ ਦੋਸਤੋ ਇਹ ਵੱਡੀ ਖਬਰ ਆ ਰਹੀ ਸੀ ਤਾਂ ਹੁਣ ਸੀਐਮ ਮਾ ਜੀ ਬਹੁਤ ਐਕਸ਼ਨ ਵਿੱਚ ਨਜ਼ਰ ਆ ਰਹੇ ਨੇ ਲੋਕਾਂ ਦੇ ਪੈਸੇ ਦਵਾਉਣ ਲਈ ਲੋਕਾਂ ਦੇ ਪੈਸੇ ਜਲਦ ਹੀ ਵਾਪਸ ਹੋਣਗੇ ਬਾਕੀ ਕੋਈ ਵੀ ਪਰਲ ਦੇ ਰਿਲੇਟਿਡ ਨਿਊਜ਼ ਆਉਂਦੀ ਹੈ ਠੀਕ ਹੈ ਜੀ ਅਸੀਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਵੀਡੀਓ ਬਣਾ ਕੇ ਮਿਲਦੇ ਕੋਈ ਨਵੀਂ ਵੀਡੀਓ ਵਿੱਚ ਧੰਨਵਾਦ ਦੋਸਤੋ ਜੈ ਹਿੰਦ